ਅਗਰ ਤੁਹਾਨੂੰ ਯਾਦ ਹੋਵੇ ਨਾ ਯਾਦ ਚਾਹਤਾ ਸ਼ਾਇਦ ਨਾ ਹੋਵੇ ਮੈਂ ਵੀਡੀਓ ਇੱਥੇ ਲਾ ਦਾਂਗਾ ਕਿਧਰੇ ਪਿੰਨ ਕਰ ਦਿਆਂਗਾ ਕੁਝ عرصਾ ਪਹਿਲੇ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ 'ਚ ਨਾ ਮੈਂ ਇਸ ਚੀਜ਼ ਦਾ ਰੋਣਾ ਧੋਣਾ ਕੀਤਾ ਸੀ ਕਿ ਮੇਰੇ ਘਰ ਦੇ ਵਿੱਚ ਜਿਹੜਾ ਇੰਟਰਨੈਟ ਆ ਉਹ ਇੰਨਾ ਫਾਸਟ ਨਹੀਂ ਹੈਗਾ ਜਿੰਨਾ ਮੇਰੇ 10-15 ਘਰ ਦੂਰ ਇੱਕ ਦੋਸਤ ਦੇ ਘਰ ਉਹਦੀ ਵਜ੍ਹਾ ਇਹ ਸੀਗੀ ਕਿ ਉਹਦਾ ਜਿਹੜਾ ਘਰ ਸੀਗਾ ਨਾ ਉਹ ਇੱਕ ਡਿਫਰੈਂਟ ਡਿਵੈਲਪਮੈਂਟ ਵਿੱਚ ਆ ਤੇ ਉੱਥੇ ਜਿਹੜਾ ਇਨਫਰਾਸਟ੍ਰਕਚਰ ਥੱਲੇ ਬਣਿਆ ਹੋਇਆ ਸੀਗਾ ਇਸ ਚੀਜ਼ ਵਾਸਤੇ ਕੈਪੇਬਲ ਸੀਗਾ ਕਿ ਅਲਟਰਾ ਫਾਸਟ ਇੰਟਰਨੈਟ ਉੱਥੇ ਪ੍ਰੋਵਾਈਡ ਕੀਤਾ ਜਾ ਸਕੇ ਅਲਟਰਾ ਫਾਸਟ ਦਾ ਮਤਲਬ ਹੁੰਦਾ ਕਿ 1 ਗੀਗਾਬਿਟ ਲਾਈਕ 1000 ਮੈਗਾਬਿਟ ਸਪੀਡ ਦਾ لیکن ਉਸ ਤੋਂ ਐਵੇਂ 10 15 ਘਰ ਉਰੇ ਮੇਰਾ ਘਰ ਆ ਤੇ ਮੇਰੇ ਘਰ ਨੂੰ ਬੇਸਿਕਲੀ ਸਪਲਾਈ ਆਉਂਦੀ ਹੈ ਦੂਸਰੀ ਸਾਈਡ ਤੋਂ ਜਿਹੜਾ ਦੂਸਰੀ ਐਕਸਚੇਂਜ ਹੈ ਅਲਟਰੀ ਸਾਈਡ ਤੇ ਉਹਦੀ وجہ ਤੋਂ ਨਾ ਜਿਹੜਾ ਮੇਰਾ ਥੱਲੇ 인ਫਰਾਸਟ੍ਰਕਚਰ ਸੀਗਾ ਮੇਰੀ ਸਟੇਟ ਦੇ ਵਿੱਚ ਉਹ ਸੀਗਾ ਮੈਕਸਿਮਮ ਜਿਹੜਾ 33 35 ਮੈਗਾਬਿਟਸ ਇੰਟਰਨੈਟ ਦੀ ਸਪੀਡ ਆਉਂਦੀ ਹੈ ਨਾ ਉਹ ਉਹਦੇ ਵਾਸਤੇ ਕੈਪੇਬਲ ਸੀਗਾ ਲੇਕਿਨ ਕਾਫੀ ਜਨਾਬ ਹੁਣ ਸਬਰ ਤੋਂ ਬਾਅਦ ਰੋਣੇ ਧੋਣੇ ਤੋਂ ਬਾਅਦ ਸਾਡੇ ਜਿਹੜੀ ਸਟਰੀਟ ਆ ਉਹਦੇ ਵਿੱਚ ਵੀ ਅਲਟਰਾ ਫਾਸਟ ਇੰਟਰਨੈਟ ਦਾ ਨੈਟਵਰਕ ਆ ਗਿਆ ਆ ਬੇਸਿਕਲੀ ਦੋ ਕੰਪਨੀਆਂ ਨੇ ਇੱਕ ਇੱਥੇ ਹੁੰਦੀ ਹੈ ਓਪਨ ਰੀਚ ਨੂੰ ਕਹਿੰਦਾ ਹੈ ਜਿਹੜੀ ਨਾ ਬ੍ਰਿਟਿਸ਼ ਟੈਲੀਕਮਿਊਨੀਕੇਸ਼ਨ ਵਾਸਤੇ ਨੈਟਵਰਕ ਬਣਾਉਂਦੀ ਆ ਉਹਦਾ ਨੈਟਵਰਕ ਹਲੇ ਕੁਝ ਡਿਲੇਡ ਆ ਲੇਕਿਨ ਇੱਕ ਹੋਰ ਕੰਪਨੀ ਹੈ ਜਿਹੜੀ ਪੈਰਲਲ ਉਹ ਤੋਂ ਕੰਮ ਕਰ ਰਹੀ ਆ ਤੇ ਸੁਣਨ ਚਾਹਿਆ ਕਿ ਉਹਦਾ ਜਿਹੜਾ ਨੈਟਵਰਕ ਹੈ ਨਾ ਉਹ ਉਹ ਬੀਟੀ ਬ੍ਰਿਟਿਸ਼ ਟੈਲੀਕਮਿਊਨੀਕੇਸ਼ਨ ਵਾਲੀ ਜਿਹੜੀ ਓਪਨ ਰੀਚ ਕੰਪਨੀ ਹੈ ਉਹਦੇ ਤੋਂ ਵੀ ਅੱਛਾ ਆ ਉਹਦੀ ਵਜ੍ਹਾ ਇਹ ਆ ਕਿ ਜਿੱਦੋਂ ਲੋਗ ਇੰਟਰਨੈਟ ਆਫਰ ਕਰਦੇ ਹਨ ਕੋਈ ਵੀ ਕੰਪਨੀ ਮੈਂ ਮਤਲਬ ਐ ਤੇ ਉਹ ਜਦੋਂ ਸਪੀਡ ਕਹਿੰਦੇ ਨੇ ਕਿ ਤੁਹਾਨੂੰ ਐਨੀ ਸਪੀਡ ਦਵਾਂਗੇ 50 ਮੈਗਾਬਿਟਸ 100 ਮੈਗਾਬਿਟਸ ਉਹ ਬੇਸਿਕਲੀ ਡਾਊਨਲੋਡ ਸਪੀਡ ਦੱਸਦੇ ਆ ਕਿ ਡਾਊਨਲੋਡ ਸਪੀਡ ਐਨੀ ਹੋਏਗੀ ਜੇ ਅਪਲੋਡ ਹੁੰਦੀ ਹੈ ਨਾ ਉਹ ਸਿਗਨੀਫੀਕੈਂਟਲੀ ਘੱਟ ਹੁੰਦੀ ਹੈ ਮਿਸਾਲ ਦੇ ਤੌਰ ਤੇ ਹੁਣ ਜਿਹੜੇ ਬੀਟੀ ਵਾਲੇ ਆਫਰ ਕਰਦੇ ਨੇ ਨਾ ਇੰਟਰਨੈਟ 1000 ਮੈਗਾਬਿਟਸ ਵਾਲਾ ਜਾਂ ਤੁਸੀਂ 1 ਗੀਗਾਬਿਟ ਵਾਲਾ ਕਹਿ ਲਓ ਉਹਦੇ ਚ ਡਾਊਨਲੋਡ ਸਪੀਡ ਤਾਂ 1000 ਦਾ 1000 ਮੈਗਾਬਿਟ ਲੇਕਿਨ ਅਪਲੋਡ ਸਪੀਡ ਹੁੰਦੀ ਹੈ 220 ਮੈਗਾਬਿਟਸ ਲੇਕਿਨ ਇਹ ਜਿਹੜੀ ਕੰਪਨੀ ਹੈ ਜਿਹਦੇ ਥਰੂ ਹੁਣ ਮੈਂ ਕੀਤਾ ਮੈਂ ਇਸ ਵਾਸਤੇ ਕੀਤਾ ਕਿਉਂਕਿ ਸਾਡੀ ਸਟਰੀਟ ਦੇ ਵਿੱਚ ਉਹਨਾਂ ਦੋਨਾਂ ਕੰਪਨੀਆਂ ਨੇ ਪੈਰਲਲ ਕੰਮ ਕੀਤਾ ਜਿਹਨੂੰ ਮੈਂ ਆਰਡਰ ਕੀਤਾ ਉਹਨੇ ਨੈਟਵਰਕ ਕੰਪਲੀਟ ਕਰ ਲਿਆ ਆ ਉਹਨੇ ਲੋਕਾਂ ਨੂੰ ਕਨੈਕਸ਼ਨ ਦੇਣੇ ਸ਼ੁਰੂ ਕਰਤੇ ਨੇ ਜਿਹੜੀ ਓਪਨ ਰੀਚ ਆ ਉਹਦਾ ਹਲੇ ਡਿਲੇਡ ਆ ਤੇ ਬੜੀ ਜਨਾਬ ਸਬਰ ਤੋਂ ਬਾਅਦ ਕਾਫੀ ਰੋਣੇ ਧੋਣੇ ਤੋਂ ਬਾਅਦ ਅੱਜ ਉਹ ਦਿਨ ਆ ਗਿਆ ਆ ਕਿ ਜਿੱਦੋਂ ਉਹਨਾਂ ਦਾ ਇੰਜੀਨੀਅਰ ਮੇਰੇ ਘਰ ਉਲਟਰਾ ਫਾਸਟ ਇੰਟਰਨੈਟ ਇੰਸਟਾਲ ਕਰਨ I'm very excited. I'm looking forward to it. So basically, ਕਰਨ ਨੂੰ ਹੁਣ ਕੁਝ ਵੀ ਨਹੀਂ ਹੈਗਾ ਉੱਠੇ ਆਬਵੀਅਸਲੀ ਟਾਈਮ ਤੇ ਨਾਸ਼ਤਾ ਨੂੰ ਤਾਂ ਕਰ ਲਿਆ ਤੇ ਹੁਣ ਆਲ ਵੀ ਨੀਡ ਟੂ ਡੂ ਵੇਟ ਫਾਰ ਦਾ ਇੰਜੀਨੀਅਰ ਟੂ ਕਮ ਇੰਜੀਨੀਅਰ ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ ਸੋ ਲੈਟਸ ਵੇਟ ਫਾਰ ਦਾ ਇੰਜੀਨੀਅਰ ਜਦੋਂ ਆਏਗਾ ਮੈਂ ਆਪਣਾ ਐਕਸਪੀਰੀਅੰਸ ਜਿੰਨਾ ਹੋਏਗਾ ਜੈਸਾ ਹੋਏਗਾ ਉਹ ਤੁਹਾਨੂੰ ਸ਼ੇਅਰ ਕਰਾਂਗਾ ਅਗਰ ਉਹਨਾਂ ਨੇ ਮੈਨੂੰ ਫਿਲਮ ਕਰਨ ਦੀ ਇਜਾਜ਼ਤ ਦਿੱਤੀ ਅਦਰਵਾਇਜ਼ ਫੇ ਜਦੋਂ ਹੋ ਜਾਏਗਾ ਇੰਸਟਾਲ ਨਹੀਂ ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਨਾ ਬਸ ਸਪੀਡ ਕੈਸੀ ਆ ਵੀਲ ਟੂ ਸਮ ਸਪੀਡ ਟੈਸਟ ਵੀ ਰਨ ਫਿਊ ਥਿੰਗਸ ਹੇਅਰ ਐਂਡ ਥੇਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਨਾ ਆਪਾਂ ਦੇਖ ਲੈਣਾ ਕਿ ਮੌਜੂਦਾ ਕਨੈਕਸ਼ਨ ਦੀ ਕਿੰਨੀ ਸਪੀਡ ਆ ਰਹੀ ਆ ਫਿਲਹਾਲ ਮੈਂ ਆਪਣੇ ਸਟੱਡੀ ਰੂਮ ਦੇ ਵਿੱਚ ਬੈਠਾ ਜਿੱਥੇ ਮੇਰਾ ਕੰਪਿਊਟਰ ਪਿਆ ਹੁੰਦਾ ਔਰ ਵਾਈਫਾਈ ਦੀ ਉੱਤੇ ਸਪੀਡ ਚੈੱਕ ਕਰ ਰਹੇ ਆ ਔਰ ਸਪੀਡ ਆਈ ਹੈ ਪਹਿਲੇ ਰਨ ਦੇ ਵਿੱਚ 16.9 ਡਾਊਨਲੋਡ 5.56 ਅਪਲੋਡ ਇੱਕ ਹੋਰ ਰਨ ਕਰਦੇ ਆ ਇਹਦੇ ਵਿੱਚ ਹੁਣ ਬੂਸਟ ਕਰ ਗਈ ਹੈ ਕਾਫੀ ਆ ਲੇਕਿਨ ਦੇਖਦੇ ਨੇ ਕਿ ਫਾਈਲ ਕਿੱਥੇ ਜਾ ਕੇ ਬੈਠਦੀ ਆ 22.7 ਆਇਆ ਡਾਊਨਲੋਡ ਵਾਈਫਾਈ ਦੇ ਉੱਤੇ ਔਰ ਅਪਲੋਡ ਜਾ ਰਹੀ ਹੈ 546 ਹੁਣ ਇਹੀ ਕਰਦੇ ਆ ਟੈਸਟ ਦੁਬਾਰਾ ਲੇਕਿਨ ਇਥਰਨੈਟ ਕੇਬਲ ਲਾ ਕੇ ਕਰਦੇ ਆ ਡਾਊਨਲੋਡ ਆਇਆ 24.7 ਔਰ ਅਪਲੋਡ ਜਾ ਰਹੀ ਹੈ 5.51 ਇੱਕ ਹੋਰ ਟੈਸਟ ਕਰਦੇ ਆ ਇੱਥੇ ਅੱਛੀ ਚਲੀ ਗਈ ਆ ਗੁੱਡ 33.9 اور ਅਰਾਊਂਡ 5 ਮੈਗਾ ਬਿਟ ਦੇ ਕਰੀਬ ਕਰੀਬ ਹੀ ਆਉਣੀ ਹੈ ਅਪਲੋਡ ਸਪੀਡ ਜਿਸ ਦਿਨ ਮੈਂ ਆਰਡਰ ਕੀਤਾ ਸੀਗਾ ਆਨਲਾਈਨ ਉਸ ਤੋਂ ਇੱਕ ਜਾਂ ਦੋ ਦਿਨਾਂ ਬਾਅਦ ਇੰਜੀਨੀਅਰਸ ਆ ਗਏ ਸੀਗੇ ਜਿਨ੍ਹਾਂ ਨੇ ਮੇਨ ਪਿਟ ਤੋਂ ਲੈ ਕੇ ਮੇਰੇ ਘਰ ਤੱਕ ਨਾ ਕੇਬਲ ਪਾਉਣੀ ਸੀਗੀ ਇਹ ਮੇਨ ਪਿਟ ਲੱਕਰੀ ਮੇਰੇ ਬਿਲਕੁਲ ਡੋਰ ਦੇ ਨਾਲ ਸੀਗਾ ਉਹ ਜਿੱਥੇ ਕਾਲੀ 셔ਟ ਵਾਲਾ ਭਾਈ ਬੈਠਾ ਉੱਥੇ ਮੇਨ ਪਿਟ ਸੀਗਾ ਤੇ ਉੱਥੋਂ ਲੈ ਕੇ ਤੇ ਮੇਰੇ ਦਰਵਾਜ਼ੇ ਤੱਕ ਕੇਬਲ ਇਹਨਾਂ ਨੇ ਪਾਉਣੀ ਸੀ ਇਹ ਜਨਾਬ ਆਏ ਨੇ ਤਕਰੀਬਨ ਅਗਲੇ ਦਿਨ ਆ ਗਏ ਸੀ ਜਾਂ ਉਸ ਤੋਂ ਇੱਕ ਦਿਨ ਬਾਅਦ ਆ ਗਏ ਸੀ ਔਰ ਸਵੇਰ ਸਵੇਰ ਆ ਕੇ ਨਾ ਇਹ ਕੇਬਲ ਪਾ ਕੇ ਚਲੇ ਗਏ ਸੀਗੇ। ਤੇ ਇਹਨਾਂ ਦਾ ਕੰਮ ਇਹ ਨਹੀਂ ਸੀ ਹੈਗਾ ਕਿ ਇਹਨਾਂ ਨੇ ਕਨੈਕਸ਼ਨ ਐਕਸੈਪਟ ਕਰਨਾ ਹੈ ਜਾਂ ਘਰ ਦੇ ਅੰਦਰ ਤੱਕ ਇਹ ਲੈ ਕੇ ਆਉਣਾ ਹੈ। ਇਹਨਾਂ ਦਾ ਕੰਮ ਇਹ ਸੀਗਾ ਕਿ ਵਾਸਤੇ ਪੇਟ ਤੋ ਲੈ ਕੇ ਨਾ ਇਹਨਾਂ ਨੇ ਮੇਰੇ ਇਸ ਘਰ ਤੱਕ ਨਾ ਕਨੈਕਸ਼ਨ ਦੇਣਾ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਇੰਜੀਨੀਅਰ ਆਉਣਾ ਸੀਗਾ ਉਹਨੇ ਫਿਰ ਇੱਥੋਂ ਅੱਗੇ ਘਰ ਸਪਲਾਈ ਕਰਨੀ ਸੀ। ਆਈ ਥਿੰਕ ਇੰਤਜ਼ਾਰ ਕੀ ਘੜੀਆਂ ਖਤਮ ਤੇ ਇੰਜੀਨੀਅਰ ਆ ਗਿਆ। ਉਹਨੇ ਬਾਹਰ ਗੱਡੀ ਲਾਤੀ ਲਾ ਕੇ। ਹੁਣ ਦੇਖਦੇ ਆਂ ਜੀ ਉਹਨਾਂ ਨੇ ਕੀ ਕਰਨਾ ਤੇ ਫਿੰਗਰਸ ਕ੍ਰਾਸਡ ਐਕਸਾਈਟਿਡ Hiya! Yeah. Um, I'm from Brisbane. Hiya, yeah. I was expecting you. <laughs> yeah, My name is Vay, can I come in? Yeah, yeah, sure. Yeah, so they're all fitted here. So I can see your just, I need to know what exactly you wish to have both devices. Because you will have two boxes. Okay. okay. One needs to sit permanently on the wall. Mm -hmm. And the second is your entrance. Oh, they feels like a tower. And the whole area, I can't cable through. ਤੇ ਇੰਜੀਨੀਅਰ ਲੱਗਿਆ ਹੋਇਆ ਆ ਇੱਕ ਉਹ ਜਿਹੜਾ ਵਾਈਟ ਬਾਕਸ ਪਿਆ ਨਾ ਉਹ ਅੱਗੇ ਇਹ ਇੱਕ ਆਈ ਡੋਂਟ ਨੋ ਕੀ ਚੀਜ਼ ਆ ਏ ਜਨਾਬ ਉਸੇ ਦੀਵਾਰ ਤੇ ਜਾਣਾ ਆ ਉਹ ਜਿਹੜਾ ਇੱਕ ਬਾਕਸ ਲੱਗਿਆ ਹੋਇਆ ਨੇ ਇਹਦੇ ਨਾਲ ਤੇ ਫੇਰ ਉਹਦੇ ਚੋਂ ਵਾਇਰ ਨਿਕਲੇਗੀ ਜਿਹੜੀ ਕਿ ਇਹਦੇ ਚ ਆਏਗੀ ਇਹ ਪ੍ਰੋਪਰ ਨਾਰਮਲ ਰੂਟਰ ਆ ਤੇ ਇਹ ਜਿਹੜਾ ਸਿਸਟਮ ਆ ਨਾ ਫੁੱਲ ਫਾਈਬਰ ਵਾਲਾ ਇਹ ਸਮ ਹਾਉ ਉਹ ਜਿਹੜਾ ਵਾਈਟ ਬਾਕਸ ਆ ਉਹਦੇ ਚ ਪਹਿਲੇ ਕਨੈਕਸ਼ਨ ਆਏਗਾ ਉਹ ਫੇ ਕੋਈ ਜਾਦੂ ਟੂਣਾ ਕਰੇਗਾ ਤੇ ਫੇਰ ਵਾਈਫਾਈ ਰੂਟਰ ਜਿਹੜਾ ਇਦਾਂ ਇਨਫੋਰਮੇਸ਼ਨ ਆਏਗੀ ਤੇ ਇਹ ਵਾਈਫਾਈ ਰੂਟਰ ਅਸੀਂ ਇਸਤੇਮਾਲ ਕਰਾਂਗੇ ਆਬਵੀਅਸਲੀ ਡਿਵਾਈਸਸ ਨੂੰ ਕਨੈਕਟ ਕਰਨ ਵਾਸਤੇ ਤੇ ਜਿਹੜੇ ਦੂਸਰੇ ਹੁੰਦੇ ਹਨਾ ਕਨੈਕਸ਼ਨ ਜਿਹੜੇ ਨਾਰਮਲ ਬ੍ਰੌਡਬੈਂਡ ਹੁੰਦੀ ਹੈ ਉਹ ਬਸ ਟੈਲੀਫੋਨ ਲਾਈਨ ਤੋਂ ਆਉਂਦੇ ਆ ਔਰ ਟੈਲੀਫੋਨ ਲਾਈਨ ਅੰਦਰ ਆਉਂਦੀ ਹੈ ਤੇ ਟੈਲੀਫੋਨ ਲਾਈਨ ਚੋਂ ਤਾਰ ਨਿਕਲ ਕੇ ਸਿੱਧੀ ਰੂਟਰ ਸਿੱਧੀ ਰੂਟਰ ਚ ਆ ਜਾਂਦੀ ਹੈ ਜਿਹੜਾ ਉਹ ਵਾਈਟ ਬਾਕਸ ਹੈ ਨਾ ਇਹ ਵਾਲਾ ਇਹ ਨਹੀਂ ਹੁੰਦਾ ਇਹ ਨਾ ਮੇਰੇ ਕੋ 2011 ਦੇ ਵਿੱਚ ਬੀਟੀ ਦਾ ਕਨੈਕਸ਼ਨ ਹੁੰਦਾ ਸੀਗਾ ਉਸ ਇਲਾਕੇ ਦੇ ਵਿੱਚ ਜਿੱਦੋਂ ਮੈਂ ਰਹਿੰਦਾ ਸੀ ਨਾ ਉਥੇ ਉਹਦੇ ਬੀਟੀ ਦੇ ਨਾਲ ਫੁੱਲ ਫਾਈਬਰ ਅਵੇਲੇਬਲ ਸੀਗੇ ਵਲ ਫੁੱਲ ਫਾਈਬਰ ਦੀ ਉਸ ਜ਼ਮਾਨੇ ਜਿਹੜੀ ਸਪੀਡ ਹੁੰਦੀ ਸੀ ਉਹ ਸੀਗੀ 50 uh, 75 ਮੈਗਾ ਮੈਗਾ ਬਿਟਸ 75 ਮੈਗਾ ਬਿਟ ਸਿਕਿਉ ਦੇ ਮੇਰੇ ਕੋਲ ਉਹਦੇ ਚ ਵੀ ਇਦਾਂ ਦਾ ਹੀ ਬਾਕਸ ਸੀਗਾ ਬਾਹਰੋਂ ਤਾਰ ਆਉਂਦੀ ਸੀ ਇਸ ਬਾਕਸ ਦੇ ਵਿੱਚ ਤੇ ਇਸ ਬਾਕਸ ਤੋਂ ਅਗੇ ਜਾਂਦੀ ਸੀ ਬੀਟੀ ਦੇ ਚ ਉਹ ਹੀ ਮੇਰੇ ਕੋਲ ਬਾਕਸ ਪਿਆ ਵੈਸੇ ਲੇਕਿਨ ਹੁਣ ਆਬੀਸਲੀ ਯੂਸਲੈਸ ਆ ਲੇਕਿਨ ਮੈਂ ਰੱਖਿਆ ਹੋਇਆ ਸੋ ਲੈਟਸ ਸੀ ਜੀ ਕਿੰਨੇ ਦਿਨ ਹੋਰ ਲੱਗਦੀ ਹੈ ਤੇ ਫਿਰ ਆਪਾਂ ਸਪੀਡ ਚੈੱਕ ਕਰਦੇ ਆ ਸੋ ਦ ਇੰਜੀਨੀਅਰ ਹੈਜ਼ ਫਿਨਿਸ਼ਡ ਦ ਜੌਬ ਉਨੇ ਸਾਰਾ ਕੰਮ ਕਰਤਾ ਆ ਹਰ ਚੀਜ਼ ਕਨੈਕਟ ਕਰਤੀ ਆ ਚੀਜ਼ਾਂ ਹਲੇ ਵਿਖਰੀਆਂ ਪਈਆਂ ਨੇ ਦੇ ਆਰ ਨਾਟ ਪ੍ਰੋਪਰਲੀ ਅਰੇਂਜਡ ਯੈਟ ਲੇਕਿਨ ਉਹ ਚੀਜ਼ਾਂ ਐਸੀਆਂ ਨੇ ਹਾਲ ਸੌਰਟ ਦਮ ਆਊਟ ਲੇਟਰ ਅਨਾਲਿਸਿਸ ਕਰ ਲਈਏ ਜ਼ਰਾ ਬਾਹਰ ਕੇ ਕੀ ਕਰਕੇ ਗਏ ਨੇ ਭਾਈ ਸਾਹਿਬ ਸੋ ਬੇਸਿਕਲੀ ਹੁੰਦਾ ਕੀ ਆ ਆ ਜਿਹੜਾ ਪਿੱਟ ਜਿਆ ਨਾ ਇਹਦੇ ਚੋਂ ਮੇਨ ਕਨੈਕਸ਼ਨ ਹੁੰਦਾ ਇਹ ਚੋਂ ਕਨੈਕਸ਼ਨ ਲਿਆ ਕੇ ਤੇ ਕੇਬਲ ਹੁੰਦੀ ਆ ਇੱਥੇ ਤੱਕ ਐਸ ਬਾਕਸ ਦੇ ਵਿੱਚ ਤੇ ਇਹਦੇ ਤੋਂ ਥੱਲੇ ਫਿਰ ਦੇਖ ਰਹੇ ਨਾ ਬਾਰੀਕ ਬਿਕੇਬਲ ਹੈ ਜਿਹੜੀ ਉਹ ਹੈਗੀ ਐ ਬ੍ਰੌਡਬੈਂਡ ਵਾਲੀ ਉਹ ਨੇ ਇੱਥੋਂ ਰਨ ਕੀਤੀ ਹੈ। ਔਰ ਇੱਥੋਂ ਫਿਰ ਤੁਸੀਂ ਦੇਖ ਸਕਦੇ ਹੋ ਇਹ ਗਈ ਹੈ ਅੰਦਰ। ਤੇ ਇਹ ਸਾਰਾ ਕੰਮ ਅੰਦਰਲੇ ਪਾਸੇ ਬਾਹਰਲੇ ਪਾਸੇ ਤੇ ਅਥਾ ਜਿਹੜੇ ਪੌਦੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਕੁਝ ਜ਼ਾਹਰ ਉਹਨੇ ਵਿਚਾਰਿਆਂ ਨੇ ਜਦੋਂ ਥੋੜਾ ਕੰਮਸ਼ਮ ਕੀਤਾ ਥੋੜਾ ਜਿਹਾ ਡੈਮੇਜ ਆਇਆ। ਇਨਸ਼ਾਅੱਲਾ ਹੋ ਜਾਣਗੇ ਪੌਦੇ ਠੀਕ। ਸੋ ਤੇ ਹੁਣ ਅੰਦਰ ਆ ਕੇ ਤੁਹਾਨੂੰ ਮੈਂ ਅਗਰ ਕੁਇਕਲੀ ਦਿਖਾਵਾਂ ਨਾ ਤੇ ਜਨਾਬ ਐਸ ਬਾਕਸ ਦੇ ਬੈਕ ਸਾਈਡ ਤੇ ਆ ਹੌਲ ਜਿੱਥੋਂ ਕੇਬਲ ਅੰਦਰ ਆ ਰਹੀ ਹੈ ਤੇ ਉਹ ਅੰਦਰ ਆ ਕੇ ਨਾ ਸਿਰਫ ਆ ਜਿਹੜੀ ਵਾਈਟ ਕੇਬਲ ਹੈ ਗ੍ਰੀਨ ਵਾਲੀ ਇਹ ਉਹ ਹੈ ਜਿਹੜੀ ਬਾਹਰੋਂ ਆ ਰਹੀ ਬਹੁਤ ਥਿਨ ਕੇਬਲ ਹੁੰਦੀ ਹੈ ਫਾਈਬਰ ਆਪਟਿਕ ਇਹਨੂੰ ਕਹਿੰਦੇ ਆ ਤੇ ਇਹਦੇ ਚੋਂ ਫਿਰ ਏਕੇ ਦੀ ਸਪਲਾਈ ਦੀ ਕੇਬਲ ਆ ਤੇ ਦੂਸਰੀ ਜਿਹੜੀ ਆ ਇਹ ਵਾਈਟ ਕੇਬਲ ਇਹ ਹੁਣ ਇਸ ਰੂਟਰ 'ਚ ਆ ਰਹੀ ਹੈ ਜਿਹੜੀ ਇਸ ਰੂਟਰ ਨੂੰ ਇੰਟਰਨੈਟ ਪ੍ਰੋਵਾਈਡ ਕਰ ਰਹੀ ਹੈ ਤੇ ਐਟ ਦਾ ਮੂਮੈਂਟ ਅਸੀਂ ਹੁਣ ਇਹਦੇ ਨਾਲ ਕਨੈਕਟ ਕੀਤਾ ਆ ਆਪਣਾ PlayStation ਕੀਤਾ ਆ TV ਕੀਤਾ ਆ ਲੇਕਿਨ ਉਹਨੇ ਕਿਹਾ ਆ ਕਿ ਜਿਹੜੀ ਸਪੀਡ ਆ ਨਾ ਉਹ ਪਹਿਲੇ 24 ਘੰਟਿਆਂ ਚ ਥੋੜੀ ਹੋਏਗੀ ਵੇਰੀਏਬਲ ਜੀ ਹੋਏਗੀ ਜਿਹੜੀ ਤੁਸੀਂ ਐਕਚੁਅਲੀ ਆਰਡਰ ਕੀਤੀ ਹੈ ਉਹ ਨਹੀਂ ਹੋਏਗੀ ਸੋ ਬਿਫੋਰ ਆਈ ਰਨ ਦਾ ਟੈਸਟ ਆਈ ਥਿੰਕ ਆਮ ਗੋਣਾ ਵੇਟ ਫਾਰ ਫਿਊ ਆਵਰਸ ਤੇ ਆਫਟਰ ਫਿਊ ਆਵਰਸ ਮੈਂ ਟੈਸਟ ਕਰਦਾ ਤੇ ਫਿਰ ਇਨਸ਼ਾਅੱਲਾ ਦੇਖਦੇ ਆ ਕਿ ਸਪੀਡ ਕਿਸੀ ਹੈ ਹੁਣ ਮੈਂ ਚੈੱਕ ਕੀਤੀ ਆਪਣੇ ਮੋਬਾਈਲ ਦੇ ਉੱਤੇ ਜਿਹੜਾ ਕਿ ਕਵਾਈਟ 올ਡ ਆ ਆਈ ਥਿੰਕ 6 ਇਅਰਸ 올ਡ ਫੋਨ ਆ ਉਦੇ ਉੱਤੇ ਅਰਾਊਂਡ 400 500 ਮੈਗਾਬਿਟਸ ਆ ਰਹੀ ਹੈ ਡਾਊਨਲੋਡ ਤੇ ਤਕਰੀਬਨ ਓਨੀ ਹੀ ਅਪਲੋਡ ਹੈ ਇੱਕ ਹੋਰ ਦੂਸਰੇ ਜਿਹੇ ਮੋਰ ਐਡਵਾਂਸਡ ਡਿਵਾਈਸਸ ਨੇ ਉਹਨਾਂ 'ਤੇ ਚੈੱਕ ਕੀਤਾ ਉਹਨਾਂ ਤੇ ਅਰਾਊਂਡ 600 700 ਦੇ ਕਰੀਬ ਆ ਰਹੀ ਹੈ ਬਟ ਆਮ ਨੋਟ ਗੋਇੰ ਟੂ ਡੂ ਦ ਟੈਸਟ ਯੈਟ ਐਂਡ ਆਮ ਨੋਟ ਗੋਇੰ ਟੂ ਰਿਕਾਰਡ ਇਟ ਅੰਟਿਲ ਆਈ ਸੀ ਦੈਟ ਆਮ ਰੀਸੀਵਿੰਗ ਦ ਸਪੀਡ ਆਫ ਆਰਡਰਡ ਇੰਟਰਨੈਟ ਲੱਗੇ ਨੂੰ ਨਾ ਅੱਜ ਹੋ ਗਏ ਨੇ ਤਕਰੀਬਨ 2 ਦਿਨ ਕੰਪਲੀਟ ਹੋ ਗਏ ਨੇ ਬਿਕਾਜ਼ ਅੱਜ ਹੈਗਾ ਯਾ ਸੰਡੇ ਔਰ ਫਰਾਈਡੇ ਵਾਲੇ ਦਿਨ ਲੱਗਿਆ ਸੀਗਾ ਤੇ ਜਿੱਦਾਂ ਉਹਨੇ ਕਿਹਾ ਸੀ ਇਹਨਾਂ ਕਿ 24 ਆਵਰ ਦੇ ਵਿੱਚ ਜਨਾਬ ਸੈਟਲ ਆਊਨ ਹੋ ਜਾਏਗਾ ਤੇ ਮੈਂ ਉਮੀਦ ਕਰਦਾ ਕਿ ਸੈਟਲ ਆਊਨ ਹੋ ਗਿਆ ਹੋਵੇਗਾ ਮੈਂ ਓਵਰ ਦਾ ਵੀਕਐਂਡ ਸਪੀਡ ਨੂੰ ਕਾਫੀ ਟੈਸਟ ਕਰਦਾ ਰਿਹਾ ਹਾਂ ਹੇਅਰ ਐਂਡ ਥੇਰ ਲੇਕਿਨ ਜਿਹੜੀ ਫੁੱਲ ਪੋਟੈਂਸ਼ੀਅਲ ਆ ਇਸ ਕਨੈਕਸ਼ਨ ਦਾ ਉਹ ਮੈਨੂੰ ਹਲੇ ਤੱਕ ਦੇਖਣ ਨੂੰ ਨਹੀਂ ਮਿਲਿਆ ਜਦੋਂ ਵਾਈਫਾਈ ਸੌਰੀ ਜਦੋਂ ਇਥਰਨੈਟ ਕੇਬਲ ਕਨੈਕਟ ਕਰੀ ਦੀ ਹੈ ਨਾ ਉਦੋਂ ਤੁਸੀਂ ਕਹਿ ਸਕਦੇ ਹੋ ਡਾਇਰੈਕਟਲੀ ਅਗਰ ਮੈਂ ਰੂਟਰ ਦੇ ਨਾਲ ਇਥਰਨੈਟ ਕੇਬਲ ਕਨੈਕਟ ਕਰਾਂ ਨਾ ਤੇ ਫਿਰ 900 ਤੋਂ ਉੱਪਰ ਸਪੀਡ ਚਲੀ ਜਾਂਦੀ ਹੈ ਡਾਊਨਲੋਡ ਤੇ ਅਪਲੋਡ ਵੀ ਤਕਰੀਬਨ ਉਨੀ ਹੀ ਹੁੰਦੀ ਆ ਲੇਕਿਨ ਵਾਈਫਾਈ ਦੇ ਨਾਲ ਅਗਰ ਮੈਂ ਬੈਠਾ ਹਾਂ ਵੈਰੀ ਕਲੋਜ਼ ਟੂ ਰੂਟਰ ਜਾਂ ਵਿਦਨ ਦਾ ਸੇਮ ਰੂਮ ਜਿੱਥੇ ਰੂਟਰ ਪਿਆ ਹੈ ਤੇ ਫਿਰ ਸਪੀਡ ਆ ਜਾਂਦੀ ਹੈ ਕਾਫੀ ਲਾਈਕ 600 700 ਦੇ ਕਰੀਬ ਆ ਜਾਂਦੀ ਹੈ ਲੇਕਿਨ ਜਿਹੜਾ ਉੱਪਰ ਮੇਰਾ ਸਟੱਡੀ ਰੂਮ ਹੈ ਜਿੱਥੇ ਮੈਂ ਐਕਚੁਅਲੀ ਬਹਿਣਾ ਹੁੰਦਾ ਆ ਤੇ ਉੱਥੇ ਸਪੀਡ ਆ ਰਹੀ ਆ 200 300 ਉਹ ਵੀ ਮੈਂ ਤੁਹਾਨੂੰ ਚੈੱਕ ਕਰਾਉਣਾ ਸੋ ਹੁਣ ਮੈਂ ਬੈਠਾ ਹਾਂ ਬਿਲਕੁਲ ਰੂਟਰ ਦੇ ਨਾਲ ਔਰ ਆ ਮੇਰੇ ਕੋ ਆਈਪੈਡ ਆ ਆਈਪੈਡ ਦੇ ਉੱਤੇ ਨਾ ਆਪਾਂ ਚੈੱਕ ਕਰਦੇ ਆ ਕਿ ਹੁਣ ਸਪੀਡ ਕਿੰਨੀ ਆ ਰਹੀ ਹੈ ਸੋ ਹੁਣ ਮੈਂ ਬੈਠਾ ਹਾਂ ਬਿਲਕੁਲ ਰੂਟਰ ਦੇ ਨਾਲ ਆ ਰੂਟਰ ਪਿਆ ਆ ਔਰ ਮੈਂ ਆ ਬੈਠਾ ਹਾਂ ਨਾ ਵਾਈਫਾਈ ਦੇ ਉੱਤੇ ਚੱਲ ਰਿਹਾ ਆ ਤੇ ਦੇਖਦੇ ਆ ਕਿ ਕਿੰਨੀ ਸਪੀਡ ਆਉਂਦੀ ਆ ਇਸ ਵੇਲੇ ਕੁਆਇਟ ਗੁੱਡ ਦਾ ਜਿਹੜੀ ਉਹਨਾਂ ਨੇ ਕਲੇਮ ਕੀਤੀ ਸੀ ਨਾ ਕਿ ਵਾਈਫਾਈ ਦੇ ਉੱਤੇ ਤੁਸੀਂ ਥਰੂਆਊਟ ਦਾ ਹਾਊਸ ਤਾਨੂੰ 500 ਤੋਂ 8 ਤੇ 800 ਦੇ ਦਰਮਿਆਨ ਮਿਲੇਗੀ ਤੇ ਉਦਾਂ ਹੀ ਹੋ ਰਿਹਾ ਆ तकरीबन ਹੁਣ 580 ਆ ਰਹੀ ਆ ਡਾਊਨਲੋਡ ਤੇ ਅਪਲੋਡ ਜਿਹੜੀ ਆ ਉਹ ਵੀ तकरीबन ਓਨੀ ਹੀ ਹੈ ਦੈਟਸ ਰੀਅਲੀ ਰੀਅਲੀ ਨਾਈਸ ਆਈ డు ਅੰਡਰਸਟੈਂਡ ਕਿ ਜਿੰਨਾ ਉਹਨਾਂ ਦਾ ਕਲੇਮ ਓਨੀ ਤਾਂ ਨਹੀਂ ਹੈਗੀ ਕਿਉਂਕਿ 1 ਗੀਗਾਬਿਟ ਵਾਲਾ ਕਨੈਕਸ਼ਨ ਆ ਇਹ ਲੇਕਿਨ ਗਾਂ 1 ਗੀਗਾਬਿਟ ਤੇ ਨਹੀਂ ਜਾ ਰਿਹਾ ਬਟ ਸਟਿਲ ਯਾਰ ਕਿੱਥੇ 30 MB ਜਿਹੜੀ ਮੇਰੇ ਕੋਲ ਪਹਿਲੇ ਕਨੈਕਸ਼ਨ ਸੀਗਾ ਤੇ ਕਿੱਥੇ 578 ਡਾਊਨਲੋਡ 638 ਅਪਲੋਡ ਸੋ ਹੁਣ ਮੈਂ ਉਸੇ ਆਈਪੈਡ ਨੂੰ ਕਨੈਕਟ ਕਰਤਾ ਆ ਇਥਰਨੈਟ ਕੇਬਲ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਆਈਪੈਡ ਦੇ ਵਿੱਚ ਯੂਐਸਬੀ ਸੀ ਕਨੈਕਸ਼ਨ ਹੁੰਦਾ ਆ ਤੇ ਮੈਂ ਨਾ ਆ ਫਿਰ ਇੱਕ ਬਲਕਨ ਦਾ ਐਡਾਪਟਰ ਲਾਇਆ ਹੋਇਆ ਜਿਹਦੇ ਵਿੱਚ ਨਾ ਬਹੁਤ ਸਾਰੇ ਕਨੈਕਸ਼ਨਸ ਹੈ ਨੇ ਯੂਐਸਬੀ ਏ ਹੁੰਦੀ ਆ ਉਹ ਹੈਗੇ ਨੇ ਐਚਡੀਐਮਆਈ ਆ ਤੇ ਇਥਰਨੈਟ ਦੀ ਪੋਰਟ ਵੀ ਹੁੰਦੀ ਆ ਸੋ ਮੈਂ ਹੁਣ ਇਸ ਆਈਪੈਡ ਨੂੰ ਕਨੈਕਟ ਕਰਤਾ ਆ ਇਹ ਸਾਰੇ ਮੈਕੈਨਿਜ਼ਮ ਦੇ ਨਾਲ ਤੇ ਇਥਰਨੈਟ ਕੇਬਲ ਡਾਇਰੈਕਟਲੀ ਕਨੈਕਟਡ ਟੂ ਦਿਸ ਆਈਪੈਡ ਥਰੂ ਦਿਸ ਬਲਕਨ ਐਡਾਪਟਰ ਸੋ lettes see ji ਹੁਣ ਕਿੰਨੀ ਆਉਂਦੀ ਹੈ ਉਹ ਕਿ ਦੇਖ ਰਹੇ ਹੋ ਕਿੱਥੇ ਜਾ ਰਹੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਆ ਓਵਰ 800 ਤੇ ਪਿੰਗ ਰੇਟ ਡਾਊਨਲੋਡ ਦਾ ਆ ਰਿਹਾ 11 10 11 10 ਤੋਂ 12 ਦਰਮਿਆਨ ਹੈ 791 ਆ ਉਹ ਦੇਖੋ ਅਪਲੋਡ ਜਿਹੜੀ ਹੈ ਉਹ ਡਾਊਨਲੋਡ ਤੋਂ ਅਲਹਮਦੁਲਿਲਾ ਕਿਤੇ ਜ਼ਿਆਦਾ ਤੇਜ਼ ਹੈ ओके okay. सो so, 791 डाउनलोड 900 अपलोड इट्स अ रियली नाइस थिंग यार क्योंकि ਜਿਹੜੇ ਬਹੁਤ ਸਾਰੇ ਹੋਰ ਇੰਟਰਨੈਟ ਪ੍ਰੋਵਾਈਡਰ ਨੇ ਨਾ ਜਿਹੜੇ 1 ਗੀਗਾਬਿਟ ਦਾ ਕਨੈਕਸ਼ਨ ਦੇ ਰਹੇ ਨੇ ਉਹ ਮੈਕਸਮਮ ਅਪਲੋਡ ਆਫਰ ਕਰਦੇ ਨੇ 200 ਗੀਗਾਬਿਟ 200 ਮੈਗਾਬਿਟ ਤੇ ਇਹ ਜਿਹੜੀ ਹੈ ਨਾ ਬਹੁਤ ਹੀ ਗ੍ਰੇਟ ਆ ਮੈਂ ਕੁਝ ਦਿਨ ਪਹਿਲੇ ਨਾ ਜਦੋਂ ਲੱਗਿਆ ਸੀ ਉਸੇ ਦਿਨ ਮੈਂ ਇੱਕ 6.6 ਜੀਬੀ ਦੀ ਫਾਈਲ ਅਪਲੋਡ ਕੀਤੀ ਸੀ ਆਪਣੇ YouTube ਚੈਨਲ ਦੇ ਉੱਤੇ ਇੱਕ ਵੀਡੀਓ ਸੀਗੀ ਜਿਹੜੀ 6.6 ਜੀਬੀ ਦੀ ਸੀਗੀ ਤੇ ਉਹ ਮੈਂ ਆਪਣੇ ਇੱਥੇ ਇਸੇ ਕਮਰੇ 'ਚ ਬਹਿ ਕੇ Wi-Fi ਦੇ ਉੱਤੇ ਅਪਲੋਡ ਕੀਤੀ ਆਪਣੇ ਚੈਨਲ ਦੇ ਉੱਤੇ ਤੇ ਇਟੂ ਕਨਲੀ 2 ਮਿੰਟਸ 6.6 ਜੀਬੀ ਦੀ ਫਾਈਲ 2 ਮਿੰਟ ਦੇ ਵਿੱਚ ਅਪਲੋਡ ਹੋਈ ਸੀ ਹੁਣ ਉੱਪਰ ਚੱਲਦੇ ਆ ਕਿਉਂਕਿ ਉੱਪਰ ਵਾਲੀ ਜਿਹੜੀ ਜਗ੍ਹਾ ਆ ਜਿਹੜਾ ਮੇਰਾ ਸਟੱਡੀ ਰੂਮ ਆ ਉਹ ਬੇਸਿਕਲੀ ਇਸ ਰੂਮ ਤੋਂ ਥੋੜਾ فاਸਲੇ ਤੇ ਆ ਤੇ ਦੇਖਦੇ ਆ ਉੱਥੇ ਵਾਈਫਾਈ ਦੇ ਕੈਸੇ ਸਿਗਨਲ ਆਉਂਦੇ ਨੇ ਤੇ ਕੈਸੇ ਸਪੀਡ ਆ ਰਹੀ ਹੈ ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਕਿਉਂਕਿ ਉਹ ਕਮਰਾ ਥੋੜਾ ਦੂਰ ਆ ਤੇ ਇੱਕ ਹੋਰ ਚੀਜ਼ ਹੁੰਦੀ ਹੈ ਪਾਵਰ ਲਾਈਨ ਐਡਾਪਟਰ ਉਹਨੂੰ ਕਹਿੰਦਾ ਵਾਈਫਾਈ ਵਾਈਫਾਈ ਨਹੀਂ ਬ੍ਰੌਡਬੈਂਡ ਐਕਸਟੈਂਡਰ ਪਾਵਰ ਲਾਈਨ ਐਡਾਪਟਰ ਮੇਰੇ ਕੋਲ ਉਹ ਵੀ ਹੈਗੇ ਨੇ ਲੇਕਿਨ ਉਹ ਮੇਰੇ ਨਾਲ ਤਕਰੀਬਨ ਕੋਈ 10 11 ਸਾਲ ਪੁਰਾਣੇ ਨੇ ਜ਼ਾਹਰਾ 10 11 ਸਾਲ ਪਹਿਲੇ ਪੁਰਾਣੀ ਟੈਕਨੋਲੋਜੀ ਸੀਗੀ ਔਰ ਇਨਾ ਫਾਸਟ ਇੰਟਰਨੈਟ ਹੀ ਅਵੇਲੇਬਲ ਨਹੀਂ ਸੀ ਹੈਗਾ ਤੇ ਜਿਹੜੀਆਂ ਇਹ ਜਿਹੜੀਆਂ ਡਿਵਾਈਸਸ ਸੀਗੀਆਂ ਪਾਵਰ ਲਾਈਨ ਅਡਾਪਟਡ ਅਡਾਪਟਰ ਵਗੈਰਾ ਉਨਾ ਚਿਰ ਦੀ ਕੁਆਲਿਟੀ ਹੀ ਨਹੀਂ ਸੀ ਹੈ ਕਿ ਜਦੋਂ ਪੋਟੈਂਸ਼ੀਅਲ ਹੀ ਅਵੇਲੇਬਲ ਨਹੀਂ ਸੀ ਹੈਗਾ ਤੇ ਡਿਵਾਈਸਿਸ ਕਿਦਾਂ ਆ ਸਕਦੀਆਂ ਨੇ ਇੰਨੀ ਜ਼ਿਆਦਾ ਸਪੀਡ ਨੂੰ ਟ੍ਰਾਂਸਮਿਟ ਕਰਨ ਵਾਸਤੇ ਹੁਣ ਉਹ ਪਾਵਰ ਲੈਨ ਐਡਾਪਟਰ ਕਹਿੰਦਾ ਤਾਂ ਹੈ ਕਿ 500 ਮੀਗਾਬਿਟਸ ਤੱਕ ਟ੍ਰਾਂਸਫਰ ਕਰਦਾ ਹੈ ਲੇਕਿਨ ਜਦੋਂ ਮੈਂ ਉਹਨੂੰ ਟ੍ਰਾਈ ਕੀਤਾ ਨਾ ਲਾ ਕੇ ਤੇ ਜਿਹੜੀ ਸਪੀਡ ਆ ਉੱਤੇ ਜਾਣ ਦੀ ਬਜਾਏ ਨਾ ਉਹ ਥੱਲੇ ਚਲੀ ਜਾਂਦੀ ਹੈ ਹਾਰਡਲੀ ਚਲੀ ਜਾਂਦੀ ਹੈ 40 45 ਮੀਗਾਬਿਟਸ ਤੱਕ ਉਸ ਰੂਮ ਦੇ ਵਿੱਚ ਤੋਂ ਲਿਹਾਜ਼ਾ ਪਹਿਲੇ ਜਾ ਕੇ ਹੁਣ ਉੱਥੇ ਕੰਪਿਊਟਰ ਦੇ ਉੱਤੇ ਬੈੰਨੇ ਆ ਵਾਈਫਾਈ ਦੀ ਸਪੀਡ ਚੈੱਕ ਕਰਦੇ ਆ ਫਿਰ ਮੈਂ ਤੁਹਾਨੂੰ ਪਾਵਰ ਲਾਈਨ ਐਡਾਪਟਰ ਦੀ ਸਪੀਡ ਚੈੱਕ ਕਰਾਉਣਾ ਫਿਰ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਹਲੇ ਮੈਂ ਇੱਕ ਹੋਰ ਕੀ ਜੁਗਾਰ ਲਾਈ ਹੈ ਤੇ ਉਹ ਅਗਰ ਕਮ ਹੋ ਗਿਆ ਤੇ ਫੇਰ ਮੈਂ ਚੁੱਪ ਕਰ ਜਾਵਾਂਗਾ ਅਦਰਵਾਇਜ਼ ਮੈਂ ਜਿਹੜੇ ਵਾਈਫਾਈ ਇੰਟਰਨੈਟ ਪ੍ਰੋਵਾਈਡਰ ਆ ਉਹਨਾਂ ਨੂੰ ਮੈਂ ਕਹਾਂਗਾ ਕਿ ਯਾਰ ਸਪੀਡ ਜਿਹੜੀ ਆ ਨਾ ਉਹ ਘਰ ਦੇ ਵਿੱਚ ਤਕਰੀਬਨ ਉਹਨਾਂ ਕਿਹਾ ਸੀ ਕਿ 5 ਤੋਂ 800 ਦੇ ਦਰਮਿਆਨ ਹੋਏਗੀ ਲੇਕਿਨ ਉਹ 200 ਤੋਂ 300 ਦੇ ਦਰਮਿਆਨ ਆ ਰਹੀ ਹੈ ਅਲ ਰੀਚ ਆਊਟ ਟੂ ਥਮ ਐਂਡ ਆਸਕ ਥਮ ਅ ਕੁਐਸਚਨ ਇਫ ਦੇ ਕੈਨ ਡੂ ਐਨੀਥਿੰਗ ਟੂ ਇੰਪਰੂਵ ਇਟ ਇਹ ਕਮਰਾ ਜਿਹੜਾ ਆ ਜ਼ਾਹਰ ਉਸ ਕਮਰੇ ਤੋਂ ਦੂਰ ਆ router ਥੋੜਾ فاਸਲੇ ਤੇ ਪਿਆ ਤੇ ਹੁਣ ਜੇ ਕਰਦੇ ਆ ਕਿ ਇੱਥੇ ਬਹਿ ਕੇ Wi-Fi ਦੀ ਕਿੰਨੀ ਸਪੀਡ ਆਉਂਦੀ ਹੈ। ਓਕੇ ਇੱਥੇ ਵੀ ਪਿੰਗ ਰੇਟ ਆ ਰਿਹਾ तकरीबन 12 ਲੇਕਿਨ ਸਪੀਡ ਅਲਹਮਦੁਲਿਲਾ ਜਾ ਰਹੀ ਹੈ 300 ਤੋਂ ਉੱਤੇ। ਇਹ ਡਾਊਨਲੋਡ ਸਪੀਡ ਆ ਲੈਟਸ ਸੀ ਕਿ ਅਪਲੋਡ ਕਿੰစီ ਆ ਰਹੀ ਹੈ। ਆਪਲੋਡ ਇਥੇ ਨਾਲ तकरीबन ਹਾਫ ਹਾਫ ਆ ਅਗਰ 300 ਡਾਊਨਲੋਡ ਆ ਨਾ ਤੇ ਤੁਸੀਂ ਦੇਖ ਰਹੇ ਹੋ 192 93 ਤੇ ਆ ਕੇ ਨਾ ਸਟਰਗਲ ਕਰ ਰਹੀ ਹੈ ਅਪਲੋਡ ਸਪੀਡ ਓਕੇ ਸੋ ਦੇਖਿਆ ਤੁਸੀਂ ਜੀ 300 ਡਾਊਨਲੋਡ 194 ਅਪਲੋਡ ਹੁਣ ਆਪਾਂ ਕੀ ਕਰਦੇ ਆ ਆ ਮੇਰੇ ਕੋਲ ਨਾ ਇੱਕ ਇਥਰਨੈਟ ਕੇਬਲ ਆ ਇਥਰਨੈਟ ਕੇਬਲ ਨਾ ਕਨੈਕਟਡ ਆ ਥੱਲੇ ਉਸ ਪਾਵਰ ਲਾਈਨ ਐਡਾਪਟਰ ਦੇ ਨਾਲ ਤੇ ਹੁਣ ਇਸ ਇਥਰਨੈਟ ਇਥਰਨੈਟ ਨੂੰ ਕਨੈਕਟ ਕਰ ਰਿਹਾ ਮੈਂ ਹੁਣ ਮੈਂ ਇਥਰਨੈਟ ਕੇਬਲ ਨੂੰ ਕਨੈਕਟ ਕਰਤੀ ਆ ਆਪਣੇ ਕੰਪਿਊਟਰ ਦੇ ਨਾਲ ਤੇ ਇਹ ਕਿ ਇਥਰਨੈਟ ਕੇਬਲ ਡਾਇਰੈਕਟਲੀ ਰੂਟਰ ਚੋਂ ਨਹੀਂ ਆ ਰਹੀ ਇਹ ਆ ਰਹੀ ਆ ਥੱਲੇ ਤੁਸੀਂ ਦੇਖੋ ਨਾ ਅਗਰ ਇਸ ਟੇਬਲ ਦੇ ਥੱਲੇ ਪਤਾ ਨਹੀਂ ਹੁਣ ਹਨੇਰਾ ਹੈ ਨਜ਼ਰ ਆ ਰਿਹਾ ਨਹੀਂ ਨਜ਼ਰ ਆ ਆ ਥੱਲੇ ਪਾਵਰ ਲਾਈਨ ਅਡਾਪਟਰ ਸਾਕਟ ਦੇ ਵਿੱਚ ਲੱਗਿਆ ਹੋਇਆ ਤੇ ਇਹ ਜਿਹੜਾ ਦੂਸਰਾ ਪਾਵਰ ਲਾਈਨ ਅਡਾਪਟਰ ਆ ਉਹ ਥੱਲੇ ਲੱਗਿਆ ਹੋਇਆ ਰੂਟਰ ਦੇ ਕੋਲ ਤੇ ਉਸ ਪਾਵਰ ਲਾਈਨ ਅਡਾਪਟਰ ਦੇ ਵਿੱਚੋਂ ਨਾ ਰੂਟਰ ਚੋਂ ਕੇਬਲ ਆ ਰਹੀ ਆ ਪਾਵਰ ਲਾਈਨ ਅਡਾਪਟਰ ਦੇ ਵਿੱਚ ਪਾਵਰ ਲਾਈਨ ਅਡਾਪਟਰ ਫੇਰ ਕਰਦੇ ਜਿਹੜੀ ਇਲੈਕਟ੍ਰਿਸਿਟੀ ਦੀ ਵਾਇਰਿੰਗ ਆ ਉਹਦੇ ਸਾਕਟ ਚ ਲੱਗਿਆ ਹੋਇਆ ਤੇ ਫਿਰ ਜਿਹੜੀ ਕਾਪਰ ਵਾਇਰਿੰਗ ਆ ਘਰ ਦੀ ਉਹ ਯੂਜ਼ ਹੋ ਰਹੀ ਆ ਇੰਟਰਨੈਟ ਸਿਗਨਲਸ ਨੂੰ ਐਸ ਸਾਕਟ ਤੱਕ ਲੈ ਕੇ ਆਉਣ ਵਾਸਤੇ ਤੇ ਜਿਹੜਾ ਇਹ ਪਾਵਰ ਲਾਈਨ ਅਡਾਪਟਰ ਲੱਗਿਆ ਹੋਇਆ ਇਹ ਉਹਨਾਂ ਨੂੰ ਕਨਵਰਟ ਕਰ ਰਿਹਾ ਵਾਪਸ ਇੰਟਰਨੈਟ ਸਿਗਨਲ ਦੇ ਵਿੱਚ ਤੇ ਮੇਰੇ ਕੰਪਿਊਟਰ ਤੱਕ ਲੈ ਕੇ ਆ ਰਿਹਾ ਹੁਣ ਆਈਡੀਲੀ ਨਾ ਬੇਸਿਕਲੀ ਇਹ ਵਾਇਰਡ ਕਨੈਕਸ਼ਨ ਬਣ ਜਾਂਦਾ ਆ ਔਰ ਇਹਦੇ ਨਾਲ ਸਪੀਡ ਨਾ ਜਿੰਨੀ ਹੁਣ ਅਸੀਂ ਦੇਖੀ ਆ ਇਹਦੇ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਆ ਲੇਕਿਨ ਅਨਫੋਰਚੂਨੇਟਲੀ ਸਪੀਡ ਨਾ ਡਿਫਰੈਂਟ ਹੋ ਜਾਣੀ ਆ ਲਿਹਾਜ਼ਾ ਪਹਿਲੇ ਚਲੋ ਦੇਖ ਲੈਨੇ ਆ ਕਿ ਜੀ ਕਨੈਕਸ਼ਨ ਮੇਰਾ ਕਿਹੜਾ ਆ ਟੌਪ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਯੂਐਸਬੀ ਲੈਨ ਕਨੈਕਸ਼ਨ ਟੌਪ ਦੇ ਉੱਤੇ ਆ ਵਾਈਫਾਈ ਨੂੰ ਮੈਂ ਚਲੋ ਬੰਦ ਵੀ ਕਰ ਦਿੰਦਾ ਵਾਈਫਾਈ ਨੂੰ ਬੰਦ ਹੀ ਕਰਤਾ ਤੇ ਹੁਣ ਜਿਹੜਾ ਕਨੈਕਸ਼ਨ ਐਕਟਿਵ ਆ ਉਹ ਸਿਰਫ ਔਰ ਸਿਰਫ ਲੈਨ ਵਾਲਾ ਇਥਰਨੈਟ ਦਾ ਕਨੈਕਸ਼ਨ ਐਕਟਿਵ ਆ ਤੇ ਦੇਖਦੇ ਆ ਜੇ ਇੱਥੇ ਕਿੰਨੀ ਸਪੀਡ ਆਣੀ ਇੱਥੇ ਸਪੀਡ ਕਿੰਨੀ ਸਿਗਨੀਫੀਕੈਂਟਲੀ ਰਿਡਿਊਸ ਹੋ ਜਾਣੀ ਆ ਦੇਖਿਆ ਸੀ ਇੱਥੇ ਵਾਈਫਾਈ ਦੇ ਉੱਤੇ ਸਪੀਡ ਆ ਰਹੀ ਸੀਗੀ 300 ਪਹਿਲੇ ਹੁਣ ਜਦੋਂ ਮੈਂ ਵਾਇਰਡ ਨੈਟਵਰਕ ਕਰਤਾ ਇਥਰਨੈਟ ਦੇ ਨਾਲ ਕਨੈਕਟ ਕਰਤੀ ਆ ਤੇ ਮੈਂ ਐਕਸਪੈਕਟ ਕਰ ਰਿਹਾ ਸੀਗਾ ਕਿ ਸਪੀਡ ਹੁਣ ਬਹੁਤ ਉੱਪਰ ਜਾਏਗੀ ਲੇਕਿਨ ਇਹ ਜਨਾਬ ਰਿਵਰਸ ਗੇਅਰ ਲੱਗ ਗਿਆ ਇਹ ਚਲੇਗੀ 62 ਡਾਊਨਲੋਡ ਔਰ 62 ਅਪਲੋਡ ਚਲੋ ਠੀਕ ਹੀ ਆ ਲੇਕਿਨ ਮਸਲਾ ਇਹ ਹੈ ਕਿ ਕਿਉਂਕਿ ਮੈਂ ਵਾਇਰਡ ਕਨੈਕਸ਼ਨ ਹੁਣ ਕਨੈਕਟ ਕਰ ਲਿਆ ਆ ਤੇ ਮੈਂ ਐਕਸਪੈਕਟ ਕਰ ਰਿਹਾ ਕਿ ਸਪੀਡ ਉੱਪਰ ਜਾਵੇ ਲੇਕਿਨ ਜਿਹੜਾ ਇੱਕ ਚੀਜ਼ ਮੇਰੇ ਜ਼ੇਹਨ ਚ ਆਉਂਦੀ ਆ ਉਹ ਇਹ ਹੈ ਕਿ ਇਹ ਪਾਵਰ ਲਾਈਨ ਅਡਾਪਟਰ ਨੇ ਜਿਹੜੇ ਮੇਰੇ ਇਹ ਤਕਰੀਬਨ ਕੋ 10 11 12 ਸਾਲ ਪੁਰਾਣੇ ਨੇ ਮੈਂ ਬਹੁਤ ਪਹਿਲੇ ਲੈ ਸੀਗੇ ਉਦੋਂ ਮੈਕਸਿਮਮ ਸਪੀਡ ਜਿਹੜੀ ਅਵੇਲੇਬਲ ਸੀਗੀ ਨਾ ਯੂਕੇ ਦੇ ਵਿੱਚ ਉਹ ਸੀਗੀ 100 ਮੈਗਾਬਿਟਸ ਉਦੋਂ ਮੈਂ ਕੋਈ ਵਰਜਨ ਦਾ ਕਨੈਕਸ਼ਨ ਹੁੰਦਾ ਸੀਗਾ ਤੇ ਵਰਜਨ ਵਾਲੇ ਉਦੋਂ 100 ਮੈਗਾਬਿਟਸ ਮੈਡਮ ਵਰਜਨ ਵਾਲੇ 100 ਮੈਗਾਬਿਟਸ ਦਿੰਦੇ ਸੀਗੇ ਔਰ ਉਹ ਟੌਪ ਨੌਚ ਸੀਗੀ ਪੂਰੇ ਯੂਕੇ ਦੇ ਵਿੱਚ ਤੇ ਜਿਹੜੇ ਉਸ ਵਕਤ ਪਾਵਰ ਲਾਈ ਉਹ ਵੀ ਸੰਭ 可能 ਉਸ ਸਪੀਡ ਦੇ ਹੋਣਗੇ ਨਾ ਹੁਣ ਮੇਰਾ ਗੈਸ ਆ ਇਹ ਤੇ ਮੇਰੇ ਕੋਈ ਨਾ ਮਤਲਬ ਸ਼ੋਰਟੀ ਨਹੀਂ ਹੈਗੀ ਮੈਨੂੰ ਇਹ ਮੇਰਾ ਗੈਸ ਆ ਕਿ ਸ਼ਾਇਦ ਇਹ وجہ ਆ ਤੇ ਹੁਣ ਮੈਂ ਇਹ ਕੀਤਾ ਆ ਹੁਣ ਮੈਂ ਨਾ ਨਵੇਂ ਪਾਵਰ ਲਾਈਨ ਐਡਾਪਟਰ ਆਰਡਰ ਕੀਤੇ ਨੇ ਜਿਹੜੇ ਕਿ 200 2400 ਉਹਨਾਂ ਦਾ ਨਾਮ ਆ ਲੇਕਿਨ ਉਹ 1400 ਮੈਗਾਬਿਟਸ ਤੱਕ ਸਪੀਡ ਨੂੰ ਨਾ ਟਰਾਂਸਮਿਟ ਕਰਦੇ ਨੇ ਤੇ ਉਹਨਾਂ ਨੂੰ ਆ ਜਾਂਦੇ ਹੋ ਜਿੱਦੋਂ ਆਉਣਗੇ ਕੱਲ ਪਰਸੋਂ ਤੱਕ ਫਿਰ ਉਹਨਾਂ ਨੂੰ ਕਨੈਕਟ ਕਰਕੇ ਦੇਖਾਂਗੇ ਅਗਰ ਸਪੀਡ ਇੱਥੇ ਇਸ ਕਮਰੇ ਦੇ ਵਿੱਚ ਨਾ ਪਾਵਰ ਲਾਈਨ ਅਡਾਪਟਰ ਲਾ ਕੇ ਇਨਕਰੀਜ਼ ਹੁੰਦੀ ਹੈ ਹੀ ਨਹੀਂ ਫਿੰਗਰਸ ਕ੍ਰਾਸਡ ਮੇਰੀ ਉਮੀਦ ਤਾਂ ਬਹੁਤ ਹੈ ਮੈਨੂੰ ਕਿ ਅੱਲਾਹ ਕਰੇ ਹੋ ਜਾਵੇ ਜੇ ਅਗਰ ਨਾ ਹੋਈ ਤੇ ਫਿਰ ਅਹਰ ਇਸ ਰੂਮ ਦੇ ਵਿੱਚ ਤਾਂ ਅਪ ਵਾਈਫਾਈ ਹੀ ਇਸਤੇਮਾਲ ਕਰਾਂਗਾ ਤੇ ਉਹ ਪਾਵਰ ਲਾਈਨ ਅਡਾਪਟਰ ਮੈਂ ਕਰ ਦਿਆਂਗਾ ਰਿਟਰ ਸੋ ਲੈਟਸ ਵੇਟ ਫਾਰ ਅਨਦਰ ਫਿਊ ਡੇਸ ਜਿੱਦੋਂ ਪਾਵਰ ਲਾਈਨ ਐਡਾਪਟਰ ਆ ਜਾਣਗੇ ਫਿਰ ਮੈਂ ਤੁਹਾਨੂੰ ਇਸ ਵੀਡੀਓ ਦਾ ਜਿਹੜਾ ਆਖਰੀ ਪਾਰਟ ਆ ਨਾ ਉਹ ਰਿਕਾਰਡ ਕਰਾਂਗਾ ਔਰ ਤੁਹਾਨੂੰ ਸ਼ੇਅਰ ਕਰਾਂਗਾ ਓਕੇ ਜੀ ਇੱਕ ਹੋਰ ਦਿਨ ਗੁਜ਼ਰ ਗਿਆ ਹੋਇਆ ਤੇ ਲੱਕੀ ਲਈ ਹੁਣ ਸਾਡੇ ਕੋਲ ਆ ਗਿਆ ਹੋਇਆ ਇਹ ਵਾਲਾ ਪਾਵਰ ਲਾਈਨ ਐਡਾਪਟਰ ਜਿਹੜਾ ਅਸੀਂ ਆਰਡਰ ਕੀਤਾ ਸੀਗਾ ਆ ਕੋ ਜੀ ਐਚ ਐਨ ਟੈਕਨੋਲੋਜੀ ਆ 2400 ਬਾਈ ਦਾ ਨੇਮ ਲੱਗਦਾ ਹੈ ਕਿ ਇਹਦੀ ਜਿਹੜੀ ਕੈਪੈਸਿਟੀ ਆ 2400 ਮੈਗਾਬਿਟਸ ਟ੍ਰਾਂਸਮਿਟ ਕਰਨ ਤੱਕ ਦੀ ਆ ਬਟ ਇਹ ਐਕਚੁਅਲੀ ਕਿੰਨੇ ਕਰਦਾ ਆ ਇਹਦੇ ਨਾਲ ਇੱਥੇ ਕਿਤੇ ਲਿਖਿਆ ਹੋਇਆ ਆ ਅ 1400 ਸਮਥਿੰਗ ਕਰਦਾ ਹੈ ਆ ਲਿਖਿਆ ਆ ਅਪ ਟੂ 1428 ਮੈਗਾਬਿਟਸ ਹੁਣ ਟੈਕਨੀਕਲੀ ਤਾਂ ਇਹਨੂੰ ਅਗਰ ਮੇਰਾ ਕਨੈਕਸ਼ਨ ਹੈਗਾ ਆ ਅ 1000 ਮੈਗਾਬਿਟਸ ਤਾਂ ਟੈਕਨੀਕਲੀ ਤਾਂ ਇਹਨੂੰ ਟ੍ਰਾਂਸਮਿਟ ਕਰਨੀ ਚਾਹੀਦੀ ਹੈ ਫੁੱਲ ਸਪੀਡ ਇਹਨੂੰ ਹੁਣ ਅਨਬਾਕਸ ਕਰਦੇ ਆ ਤੇ ਦੇਖਦੇ ਆ ਇਹਨੂੰ ਪਲੱਗ ਇਨ ਕਰਕੇ ਕਿ ਇਹ ਕੰਮ ਕਰਦਾ ਹੈ ਕਿ ਨਹੀਂ ਕਰਦਾ ਹੁਣ ਜੀ ਇਹਦੇ ਵਿੱਚ ਇੱਕ ਜਿਹੜਾ ਪਾਵਰ ਲਾਈਨ ਅਡਾਪਟਰ ਹੈ ਨਾ ਦੈਟਸ ਗੋ ਨਾ ਗੋ ਹੇਅਰ ਆ ਜਿਹੜਾ ਬਲੈਕ ਅਡਾਪਟਰ ਲੱਗਿਆ ਹੈ ਇਹਦੀ ਜਗ੍ਹਾ ਤੇ ਤੇ ਲੈਟ ਮੀ ਕੁਇਕਲੀ ਟ੍ਰਾਈ ਟੂ ਇਨਸਟਾਲ ਇਟ ਫਿਰ ਅਗਲੀ ਗੱਲ ਕਰਦੇ ਹਾਂ ਲੋ ਜੀ ਇੱਕ ਲੱਗ ਗਿਆ ਇੱਕ ਇੱਕ ਪਲੱਗ ਇਨ ਇੱਕ ਐਡਾਪਟਰ ਲੱਗ ਗਿਆ ਹੁਣ ਥੱਲੇ ਜਾ ਕੇ ਦੂਸਰਾ ਲਾਉਨੇ ਆ ਇਹ ਕਵਾਈਟ ਈਜ਼ੀ ਹੁੰਦੇ ਆ ਇੰਸਟਾਲ ਕਰਨੇ ਦੇ ਆ ਜਸਟ ਵਾਟ ਦੇ ਕਾਲ ਥਮ ਪਲੱਗ ਐਂ ਪਲੇ ਕੇ ਜੀ ਬਸ ਇਹਨਾਂ ਨੂੰ ਇੰਸਟਾਲ ਕਰੋ ਕਨੈਕਟ ਕਰ ਦਿਓ ਤੇ ਦੇ ਸ਼ੁੱਡ ਬੀ ਏਬਲ ਟੂ ਵਰਕ ਤੇ ਬਸ ਹੁਣ ਦੂਸਰੇ ਵਾਲਾ ਆ ਇਹਨੂੰ ਜਾ ਕੇ ਥੱਲੇ ਲਾਉਨੇ ਆ ਰੂਟਰ ਦੇ ਕੋਲ ਸੋ ਬੇਸਿਕਲੀ ਰੂਟਰ ਚੋਂ ਤਾਰ ਨਿਕਲੇਗੀ ਸਿੱਧੀ ਇਹਦੇ ਚ ਆਏਗੀ ਇਹ ਲੱਗੇਗਾ ਦੀਵਾਰ ਦੇ ਵਿੱਚ ਔਰ ਫਿਰ ਉਹ ਦੇਖ ਰਹੇ ਹੋ ਜਿਹੜਾ ਬਲੈਕ ਲੱਗਿਆ ਹੋਇਆ ਜਿੱਚ ਯਾ ਲੋ ਉਤਾਰ ਜਾ ਰਹੀ ਹੈ ਇਹ ਵਾਲਾ ਜਿਹੜਾ ਆਪਾਂ ਹੁਣ ਤਬਦੀਲ ਕਰਨਾ ਓਕੇ ਸੋ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਥੱਲੇ ਹਰ ਚੀਜ਼ ਕਨੈਕਟ ਕਰਤੀ ਹੈ ਮੈਂ ਲਾਈਟਸ ਆ ਵਗੈਰਾ ਦੇਖ ਲਈਆਂ ਨੇ ਸਭ ਜਲ ਰਹੀਆਂ ਨੇ ਇਹ ਹੁਣ ਲੈਪਟਾਪ ਕਨੈਕਟਡ ਆ ਯੂਐਸਬੀ ਦੇ ਨਾਲ ਲੈਂਡ ਦੇ ਨਾਲ ਸੋ लेट्स ਕੁਇਕਲੀ ਡੂ ਅ ਸਪੀਡ ਚੈੱਕ ओके सो ਆ ਸਾਡਾ ਆ ਗਿਆ ਜੀ speedtest.net ਦੇਖਦੇ ਆਂ ਦੀ ਕਿੰਨੀ ਸਪੀਡ ਆ ਰਹੀ ਹੈ ਹਮ ਇਟਸ ਬੈਟਰ ਦੈਨ ਦਾ 올ਡ ਐਡਾਪਟਰ 올ਡ ਐਡਾਪਟਰ ਤੁਹਾਨੂੰ ਯਾਦ ਹੁਣ 30 40 ਦੇ ਦਰਮਿਆਨ ਆ ਰਹੀ ਸੀ ਇੱਥੇ ਨੀਅਰਲੀ 200 ਨੂੰ ਟੱਚ ਕਰ ਰਹੀ ਹੈ ਡਾਊਨਲੋਡ 183 ਡਾਊਨਲੋਡ ਤੇ ਅਪਲੋਡ ਅਪਲੋਡ ਬ੍ਰੇਸ ਕਰੇ ਵੈਸੇ ਇਹਨਾਂ ਖੁਦ ਹੈਰਾਨ ਨੇ ਕਿ ਜੀ ਅਪਲੋਡ ਜਿਹੜੀ ਹੈ ਉਹ ਡਾਊਨਲੋਡ ਤੋਂ ਵੀ ਜ਼ਿਆਦਾ ਹੁੰਦੀ ਹੈ ਤੇ ਉਹ ਆ ਰਹੀ ਹੈ ਜਨਾਬ ਓਵਰ 200 not what they claim but uh, still better than 30 or 40 ਜਿਹੜੀ ਕਿ 올ਡ ਡਾਕਟਰ ਤੇ ਆ ਰਹੀ ਹੈ so ਇਹ ਹੁਣ ਸਿਚੁਏਸ਼ਨ ਹੈ ਜਨਾਬ ਆਮ ਗੋਣਾ ਗਿਵ ਇਟ ਟੂ ਟ੍ਰਾਈ few more times i'm going to use it in a real time situation te phir dekhde haan ke eh jada hun eh adapter aur brisk the overall internet oho matlab o speed provide karda hai jo kehnde ne ohne ne kya hoya hai ke ethernet cable laake to 1000 bits nu touch karegi jehdi ke kar di hai agar main specially usse room ch baitha haan aur router jada ethernet cable ho directly aa rahe hove router de vichon kyuki hun aa jehdi hai network banaya main ਜਿਹੜਾ ਆਪਣਾ ਕਾਪਰ ਨੈਟਵਰਕ ਦਾ ਘਰ ਦੇ ਵਿੱਚ ਇਲੈਕਟ੍ਰਿਸਿਟੀ ਵਾਲਾ ਉਹਨੂੰ ਯੂਜ਼ ਕਰ ਰਹੇ ਆ ਇਸ ਲਈ ਇਹ ਇਹ ਤਾਂ ਉਹ ਉਸ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰਦਾ ਲੇਕਿਨ ਅਗਰ ਮੈਂ ਡਾਇਰੈਕਟ ਇਥਰਨੈਟ ਕੇਬਲ ਲਾ ਮ ਰੂਟਰ ਦੇ ਵਿੱਚ ਤੇ ਫਿਰ ਉਹ 1000 ਬਿਟਸ ਨੂੰ ਟੱਚ ਕਰਦੀ ਹੈ ਔਰ ਅਗਰ ਮੈਂ ਉਸੇ ਕਮਰੇ 'ਚ ਬੈਠਾ ਹਾਂ ਜਿੱਥੇ ਰੂਟਰ ਪਿਆ ਆ ਫਿਰ ਵਾਈਫਾਈ ਦੀ ਸਪੀਡ 700 600 700 ਮੀਗਾਬਿਟਸ ਦੇ ਮੈ ਆ ਰਹੀ ਆ ਓਵਰ ਆਲ ਜੀ ਇਹਦਾ ਹੁਣ ਤੁਸੀਂ ਕਹਿ ਲਓ ਕਿ ਨਾਟਸ਼ਾ ਲੇ ਆ ਕਿ ਕਨੈਕਸ਼ਨ ਬਹੁਤ ਸੁਪਰ ਹਿੱਟ ਆ ਬ੍ਰੇਸ ਕਾਲਿਆਂ ਦਾ ਅਗਰ ਤੁਸੀਂ ਵਾਇਰ ਦੇ ਨਾਲ ਉਹਨੂੰ ਕਨੈਕਟ ਕਰ ਸਕਦੇ ਹੋ ਅਗਰ ਵਾਈਫਾਈ ਯੂਜ਼ ਕਰਨਾ ਹੈ ਤੇ ਵਾਈਫਾਈ ਬਹੁਤ ਲਾਈਕ ਮੈਂ ਨਹੀਂ ਕਹਾਂਗਾ ਅਨ ਰਿਲਾਇਬਲ ਆ ਲੇਕਿਨ ਵੇਰੀਏਬਲ ਆ ਅਗਰ ਤੁਸੀਂ ਰੂਟਰ ਦੇ ਕਰੀਬ ਹੋ ਤਾਂ ਤੁਹਾਨੂੰ 700 ਕਿੰਸੋ 600 700 ਮੈਗਾਬਿਟ ਦੇ ਕਰੀਬ ਦੇਗਾ ਅਗਰ ਉਸ ਤੋਂ ਅਸੀਂ ਦੂਰ ਹੋ ਜਾਵਾਂਗੇ ਫਿਰ ਬਹੁਤ ਹੀ ਨਾ ਵੇਰੀਏਬਲ ਹੋ ਜਾਂਦਾ ਹੈ ਕਦੇ ਰੀਜ਼ਨੇਬਲ ਸਪੀਡ ਆ ਜਾਏਗੀ ਕਦੇ ਨਹੀਂ ਹੋਏਗੀ ਓਵਰ ਆਲ ਮੈਂ ਕਹਾਂਗਾ ਕਿ ਕਿਉਂਕਿ ਜਿਹੜੀ ਸਪੀਡ ਮੇਰੇ ਕੋਲ ਸੀਗੀ ਪਹਿਲੇ 32 ਮੈਗਾਬਿਟਸ ਹਾਈਐਸਟ ਜਿਹੜੀ ਮੇਰੇ ਸਟਰੀਟ ਦੇ ਵਿੱਚ ਅਵੇਲੇਬਲ ਸੀਗੀ ਉਹਦੇ ਨਾਲ ਮੈਂ ਕੰਪੇਅਰ ਕਰਾਂ ਵਾਟ ਆਈ ਹੈਵ ਨਾਊ ਵਿਦ ਬ੍ਰਿਸਕ ਆਈ ਥਿੰਕ ਐਵਰੀਥਿੰਗ ਇਜ਼ ਫਾਈਨ थम्स ਅਪ ਆਮ ਹੈਪੀ ਤੇ ਆਈ ਥਿੰਕ ਇਟਸ ਬੀਨ ਗੋਇੰਗ ਔਨ ਫॉर ਫਿਊ ਡੇਸ ਇਹ ਵਲੌਗ ਤੇ ਇਹਨੂੰ ਹੁਣ ਇੱਥੇ ਖਤਮ ਕਰਦੇ ਆਂ ਅਗਰ ਤੁਹਾਨੂੰ ਪਸੰਦ ਆਇਆ ਪਲੀਜ਼ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਦੇ ਨਾਲ ਮੇਰੇ ਵਰਗੇ ਬੰਦੇ ਨੂੰ ਐਨਕਰੇਜਮੈਂਟ ਮਿਲਦੀ ਹੈ ਹੋਰ ਵੀਡੀਓਜ਼ ਬਣਾਉਣ ਵਾਸਤੇ ਆਪਣਾ ਖਿਆਲ ਰੱਖਿਓ ਅੱਲਾਹ Thank you.